ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਦੀ ਰਾਜਨੀਤੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਤੇ ਕਾਂਗਰਸ ਲਗਾਤਾਰ ਮੋਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਵਿਚਾਲੇ ਕਾਂਗਰਸ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਗਾਇਕ ਅਦਨਾਨ ਸਾਮੀ ਨੂੰ ਪਦਮ ਸ਼੍ਰੀ ਅਵਾਰਡ ਦੇਣ ਤੇ ਭਾਰਤੀ ਫੌਜ ਦੇ ਸਾਬਕਾ ਅਧਿਕਾਰੀ ਮੁਹੰਮਦ ਸਨਾਉੱਲਾ ਨੂੰ ਭਾਰਤ ਦੀ ਨਾਗਰਿਕਤਾ ਨਾ ਦੇਣ ਨੂੰ ਲੈ ਕੇ ਬੀਜੇਪੀ ਨੂੰ 3 ਸਵਾਲ ਕਰ ਦਿੱਤੇ ਨੇ। ਜੈਵੀਰ ਨੇ ਇਹ ਸਵਾਲ ਇੱਕ ਵੀਡੀਓ ਪੋਸਟ ਕਰਕੇ ਕੀਤੇ ਨੇ। ਇੱਕ ਹਿੰਦੀ ਕੀ ਕਹਾਵਤ ਹੈ, ਮੇਰੇ ਪੈਰੋਂ ਕੇ ਛਾਲੋ ਜ਼ਰਾ ਲਹੂ ਉਗਲੋ, ਮੇਰਾ ਵਤਨ ਮੇਰੇ ਸਫ਼ਰ ਕੇ ਨਿਸ਼ਾਂ ਮੰਗ ਰਹਾ ਹੈ। ਆਜ ਮੁਹੰਮਦ ਸਨਾਉੱਲਾ ਜੋ ਭਾਰਤੀ ਸੈਨਾ ਕੇ ਇੱਕ ਵੀਰ ਸਿਪਾਹੀ, ਭਾਰਤ ਮਾਤਾ ਕੇ ਪੁੱਤਰ, ਇਸ ਧਰਤੀ ਕੇ ਪੁੱਤਰ ਜਿਨ੍ਹਾਂ ਪਾਕਿਸਤਾਨ ਕੇ ਖਿਲਾਫ ਕਾਰਗਿਲ ਕੀ ਲੜਾਈ ਲੜੀ, ਉਹਨੇ NRC ਕਾਨੂੰਨ ਦੁਆਰਾ ਘੁਸਪੇਟੀਆ ਘੋਸ਼ਿਤ ਕਰ ਦਿਆ। ਔਰ ਦੂਸਰੀ ਤਰਫ ਅਦਨਾਨ ਸਾਮੀ ਜਿਨਕੇ ਪਿਤਾ ਪਾਕਿਸਤਾਨ ਵਾਯੂ ਸੈਨਾ ਕੇ ਅਫਸਰ, ਜਿਨ੍ਹਾਂ ਹਿੰਦੁਸਤਾਨ ਪੇ ਗੋਲਾ ਬਾਰੂਦੀ ਕੀ, ਉਨਕੋ ਪਦਮਸ਼੍ਰੀ ਸੇ ਨਵਾਜ ਦਿਆ। ਤੋ ਇਸਮੇ 3 ਪ੍ਰਸ਼ਨ ਖੜੇ ਹੋਤੇ ਹੈ। ਸਬਸੇ ਪਹਿਲਾ ਕਿ ਆਜ ਭਾਰਤ ਕੇ ਸਿਪਾਹੀ ਕੋ ਆਪਣੀ ਨਾਗਰਿਕਤਾ ਕਾ ਸਬੂਤ ਦੇਣਾ ਪੜ ਰਹਾ ਹੈ, ਔਰ ਦੂਸਰੀ ਤਰਫ ਪਾਕਿਸਤਾਨ ਵਾਯੂ ਸੈਨਾ ਕੇ ਪੁੱਤਰ ਕੋ ਪਦਮਸ਼੍ਰੀ ਸੇ ਕਿਉਂ ਨਵਾਜ਼ਾ ਜਾ ਰਹਾ ਹੈ। ਦੂਸਰਾ ਕਿ ਕਿਆ ਪਦਮਸ਼੍ਰੀ ਪਾਣੇ ਕੇ ਲਈ ਭਾਰਤੀ ਸਮਾਜ, ਭਾਰਤ ਕੀ ਉਨਤੀ, ਵਿਕਾਸ, ਪ੍ਰਗਤੀ ਜ਼ਰੂਰੀ ਹੈ, ਉਸਮੇ ਯੋਗਦਾਨ ਜ਼ਰੂਰੀ ਹੈ, ਕਿ ਸਿਰਫ ਭਾਰਤੀ ਜਨਤਾ ਪਾਰਟੀ ਕਾ ਗੁਣਗਾਨ ਜ਼ਰੂਰੀ ਹੈ? ਕਿਆ ਪਦਮਸ਼੍ਰੀ ਪਾਣੇ ਕਾ ਇੱਕ ਨਿਆ ਫਾਰਮੂਲਾ ਆ ਗਿਆ ਹੈ ਕਿ ਕਰੋ ਭਾਰਤੀ ਜਨਤਾ ਪਾਰਟੀ ਕੀ ਚਮਚਾਗਿਰੀ, ਮਿਲੇਗਾ ਤੁਮਕੋ ਪਦਮਾਸ਼੍ਰੀ? ਇਹ ਨਏ ਭਾਰਤ ਕਾ ਨਿਰਮਾਣ ਹੈ ਕਿ ਇਸ ਦੇਸ਼ ਕਾ ਸੈਨਿਕ ਘੁਸਪੇਟੀਆ ਔਰ ਪਾਕਿਸਤਾਨ ਵਾਯੂ ਕੇ ਸੈਨਿਕ ਕੇ ਪਰਿਵਾਰ ਪਦਮਸ਼੍ਰੀ ਸੇ ਨਵਾਜ਼ੇ ਜਾ ਰਹੇ ਹੈ? ਇਸ ਪੇ ਸੋਚਣਾ ਪੜੇਗਾ, ਉੱਤਰ ਦੇਣਾ ਪੜੇਗਾ। ਜੈ ਹਿੰਦ। ਜ਼ਿਕਰਯੋਗ ਹੈ ਕਿ ਮੁਹੰਮਦ ਸਨਾਉੱਲਾ ਪਿਛਲੇ ਕਈ ਸਾਲਾਂ ਤੋਂ ਭਾਰਤ ਦੀ ਨਾਗਰਿਕਤਾ ਦੀ ਲੜਾਈ ਲੜ ਰਹੇ ਨੇ, ਜਿਨ੍ਹਾਂ ਨੂੰ ਸਰਕਾਰ ਨੇ ਇੱਕ ਪ੍ਰਵਾਸੀ ਐਲਾਨ ਦਿੱਤਾ, ਜਦਕਿ ਦੂਜੇ ਪਾਸੇ ਗਾਇਕ ਅਦਨਾਨ ਸਾਮੀ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਨਿਵਾਜਿਆ ਜਾ ਰਿਹਾ, ਜਿਸ ਨੂੰ ਲੈ ਕੇ ਜੈਵੀਰ ਸ਼ੇਰਗਿੱਲ ਨੇ ਇਹਨਾਂ ਸਵਾਲਾਂ ਰਾਹੀਂ ਬੀਜੇਪੀ ਨੂੰ ਬੈਕਫੁੱਟ ਤੇ ਲੈ ਜਾਣ ਲਈ ਤਿੱਖਾ ਸ਼ਬਦੀ ਹਮਲਾ ਬੋਲ ਦਿੱਤਾ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।